ਸਾਡੀ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਲਾਲ ਰੰਗ ਦਾ ਬਟਨ ਦਬਾ ਕੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਦਬਾਓ ਬੈਲ ਦਾ ਬਟਨ। ਨਹੀਂ ਹੋ ਸਕਦੀ ਮੇਰੀ ਹੋ ਜਾਂਦੀ ਉਹਦੇ ਵੀ ਹੈ ਠੀਕ ਹੈ ਮੇਰਾ ਹੋ ਜਾਂਦਾ ਵਾ ਆਹ ਜਦੋਂ ਤੇਰੇ ਅੰਦਰ ਚੱਲ ਜਾਂਦਾ ਤੇਰਾ ਹੀ ਹੁੰਦਾ ਨਹੀਂ ਮੈਂ ਕਿਹਾ ਤੂੰ ਨਹੀਂ ਨਹੀਂ ਅੰਦਰ ਜਾ ਕੇ ਦਿੰਦਾ ਹਸਪਤਾਲ ਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਉਹ ਦਿਨ ਝੂਠ ਬੋਲਿਆ ਨਹੀਂ ਤੂੰ ਮੇਰੀ ਜਾਨ ਖਾਧੀ ਮੇਰੀ ਗੱਲ ਤਾਂ ਸੁਣ ਸਾਰੀ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਗੱਲ ਨੋਟ ਕਰ ਕਿਹੜੇ ਜਨਾਨੀ ਨੂੰ ਸਵਾਲ ਹੀ ਉਦੋਂ ਆਇਆ ਤੂੰ ਨੀਨਾ ਨਾਲ ਵੱਜਦਾ ਜਾ ਕੇ ਤੂੰ ਨੀਨਾ ਵੱਜਦਾ ਕਿ ਨਹੀਂ ਮੈਨੂੰ ਦੱਸ ਨਹੀਂ ਤੇ ਮੈਂ ਤੇਲ ਤੂਲ ਲਾ ਕੇ ਹੋਰ ਵੱਡਾ ਕਰਾਂ ਹਾਏ ਦੱਸ ਨਹੀਂ ਵੱਜਦਾ ਨਹੀਂ ਵੱਜਦਾ ਬਸ ਵੱਜਦਾ ਵਾ ਕਿੱਦਾਂ ਦਾ ਮਹਿਸੂਸ ਹੁੰਦਾ ਪਹਿਲਾਂ ਮੈਨੂੰ ਇਹ ਦੱਸ ਮੈਨੂੰ ਨਹੀਂ ਪਤਾ ਆ ਸੌਂ ਖਾ ਕੇ ਦੱਸ ਫਿਰ ਤੈਨੂੰ ਨਹੀਂ ਪਤਾ ਕਿੱਦਾਂ ਦਾ ਮਹਿਸੂਸ ਹੁੰਦਾ ਸੌਂ ਕੱਟ ਪਾਉਣਾ ਨਾ ਹੈ चल साली इच्छा एक दिन पूरी होगी भैन जो मैं कहते है कुड़ी मैं तेन की दसा मेरे मुंह को बाबे ने ना कटवा लगी ਛੱਡ ਤੂੰ ਹੁਣ ਮੇਰੀ ਇੱਛਾ ਇੱਕ ਵਾਰ ਨੀ ਮੈਂ ਮੇਰੀ ਪੂਰੀ ਹੁੰਦੀ ਤੂੰ ਤਾਂ ਡੇਲੀ ਹੈ ਫਿਰ ਮੇਰੀ ਇੱਛਾ ਪੂਰੀ ਹੋਵੇ ਮੇਰੀ ਛੁੱਟੀ ਲੰਘ ਜਾਏ ਤੀਆਂ ਵਾਂਗੂ 2 ਮਹੀਨੇ ਦੀ ਮੈਂ ਤਾਂ ਜਾਵਾਂ ਨਾ ਇੱਥੋਂ ਵਾਪਸ ਤੀਆਂ ਮੇਰੀ ਗੱਲ ਸੁਣ ਮੈਂ ਨਾ ਅਕੈਡਮੀ ਜਾਣਾ ਮੈਂ ਨਾ ਤਿਆਰ ਹਾਂ ਤੇਰੀਆਂ ਗੱਲਾਂ ਨੇ ਮੈਨੂੰ ਕੁਝ ਨਹੀਂ ਕਰ ਦੇਣਾ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਜਦੋਂ ਤੇਰਾ ਫੋਨ ਆਇਆ ਮੇਰੇ ਸਾਰਾ ਕੁਝ ਭੁੱਲ ਜਾਂਦਾ ਮੇਰੀ ਗੱਲ ਤਾਂ ਸੁਣ ਅੱਜ ਦਾ ਕੀ ਕਰਾਂ ਸੁਣ ਖੜਾ ਹੋਇਆ ਪਿਆ ਮੇਰਾ ਕਟਿੰਗ ਕਰ ਦੇ ਕਟਿੰਗ ਕਰਦਾ ਭੈਣ ਚੋ ਤੇਰੀ ਚ ਪਾ ਕੇ ਫੇਰ ਵੜ ਦੇਣਾ ਅੰਦਰ ਰਵੇ ਤੇਰੀ ਹੈ ਹਾਏ ਰੱਬਾ ਚੱਲ ਸਾਲੀ ਮੇਰੀ ਗੱਲ ਤਾਂ ਸੁਣ ਕਿਉਂ ਮੇਰੀ ਜਾਨ ਲੈਣ ਹਾਲੇ ਜੇ ਕਿਤੇ ਆ ਟੱਟੇ ਨਾ ਲੱਗੇ ਹੁਣ ਮੇਰੇ ਟੱਟੇ ਆ ਸਾਡੇ ਵੱਡੇ ਹੋੜੇ ਮੈਂ ਤਾਂ ਆਪ ਹੀ ਵੜ ਜਾ ਤੇਰੇ ਅੰਦਰ ਹੋਏ ਹੈ ਅੱਗੇ ਕਿਹੜਾ ਤੂੰ ਘੱਟ ਕਰ ਲੈਂਦੇ ਆ ਮੇਰਾ ਜਾਂਦਾ ਪੂਰਾ ਮੋੜ ਤੱਕ ਨਹੀਂ ਦੱਸ ਤੂੰ ਨਾ ਆਪਣਾ ਵੇਟ ਥੋੜਾ ਜਿਹਾ ਘਟਾ ਫਿਰ ਜੋ ਮਰਜ਼ੀ ਕਰੀ ਸਾਲੀਏ ਮੈਂ ਮੋਟਾ ਕਿਤੇ ਚੋਰ ਮੈਂ ਜਿਮ ਸਟਾਰਟ ਕਰਤਾ ਉਦਾਂ ਤੂੰ ਤੇ ਕਿੰਨਾ ਭਾਰ ਆ ਆ ਰਿਹਾ ਢਿੱਡ ਜਿਹਾ ਥੋੜਾ ਅੜਦਾ ਇਹਦਾ ਇੰਚੀ ਬਾਹਰ ਰਹਿ ਜਾਂਦਾ ਜੇ ਢਿੱਡ ਦੇ ਅੰਦਰ ਆ ਵੇਖੀ ਜਾਂਦਾ ਪੂਰਾ ਪੂਰਾ ਫਸ ਕੇ ਐ ਕਿ ਤੂੰ ਲੱਤਾਂ ਨਹੀਂ ਚੱਜਣਾ ਚੁੱਕੀਆਂ ਵੈਸੇ ਤਾਂ ਹੈਨਾ ਮੇਰੀ ਗੱਲ ਸੁਣ ਪਹਿਲਾਂ ਹਾਂ ਪਤਾ ਕੀ ਯਾਰ ਕੀ ਮੇਰੀ ਜਾਨ ਹੀ ਉਹਦੀ ਗੱਡੀ ਪਤਾ ਨਹੀਂ ਕੀ ਚੱਕਰ ਹੀ ਜੋ ਪਤਾ ਕੀ ਨਰੋਦ ਲੈ ਗਿਆ ਤੇਰੇ ਲਈ ਮੈਂ ਦਾਣੇ ਵਾਲਾ ਮੈਂ ਕਿਹਾ ਅੰਦਰ ਜਾ ਕੇ ਘਸ ਘਸ ਕੇ ਜਾਉ ਤੈਨੂੰ ਤੂੰ ਨਾ ਮੇਰੇ ਹੱਥ ਜੜਾ ਲੈ ਹੋ ਜੇ ਕੰਮ ਨਾ ਕਰਿਆ ਕਰ ਜੇ ਪਲੇਨ ਲੈ ਗਿਆ ਕਰਾਂ ਹਾਂ ਜੋ ਮਰਜ਼ੀ ਵੀ ਨਹੀਂ ਲੈ ਗਿਆ ਕਰ ਮੇਰੀ ਚਾਹ ਇਹ ਜਦੋਂ ਪਾਣੀ ਦੇ ਵਿੱਚ ਜਾ ਕੇ ਪਾਣੀ ਦੇ ਵਿੱਚ ਜਾ ਕੇ ਪੜਕ ਪੜਕ ਹੁੰਦੇ ਪਾਲਾ ਹੀ ਨਹੀਂ ਆ ਰਹਾ ਜਾਇਆ ਵੇ ਹਨਾ ਅਸਲ ਜੋ ਉਦੋਂ ਗਿੱਲਾ ਹੋ ਗਿਆ ਨਾ ਆ ਗਿੱਲਾ ਹੋ ਜਾਂਦਾ ਇਹਨਾਂ ਅੰਦਰ ਹੈਨਾ ਠੰਡ ਜੀ ਪੈਂਦੀ ਆਹੋ ਪੈਂਦੀ ਸੀ ਆਪਾਂ ਪਾਣੀ ਜੀ ਕਰਿਆ ਕਰਨਾ ਇਹ ਤੋਂ ਬਾਅਦ ਆਪਾਂ ਪਾਣੀ ਜੜਾ ਲਿਆ ਕਰਨਾ ਝੋਨੇ ਲਾ ਕੇ ਝੋਨੇ ਦੇ ਵਿੱਚ ਲੇਟਿਆ ਕਰਾਂਗੇ ਨਾਲ ਲਿੱਦਣ ਲੁੱਦਣ ਪੁੱਟ ਲਿਆ ਕਰਾਂਗੇ ਪੂਰਾ ਕਿਉਂ ਇਹ ਜੀ ਗੱਲਾਂ ਕਰਨੇ ਆ ਸੱਚ ਤੋਂ ਅਗਲੀ ਯਾਰ ਮਿਲ ਲਈ ਜੇ ਇੱਕ ਵੀ ਵਾਲ ਤੇ ਮੈਨੂੰ ਦੇਖ ਗਿਆ ਉੱਤੇ ਵੇਖ ਲਈ ਮੈਂ ਨਹੀਂ ਆ ਹੋਣੇ ਹੋਣੇ ਆ ਐਵੇਂ ਹੋਣੇ ਹੋਣੇ ਆ ਐ ਔਰ ਬੀਟ ਨਹੀਂ ਦੀ ਬੀਟ ਬੀਟ ਹੁੰਦੀ ਹੈ ਨਾ ਉਹ ਲਾ ਕੇ ਆਈ ਐ ਰਗੜ ਕੇ ਕਰ ਤੇਰੀ ਗੱਲ ਅਰਗੀ ਨਹੀਂ ਚਾਹੀਦੀ ਗੱਲ ਅਰਗੀ ਐਂਡ ਤੇ ਵਾਲ ਨਹੀਂ ਚਾਹੀਦਾ ਇੱਕ ਵੀ ਮੇਰੀ ਗੱਲ ਇਹ ਨਹੀਂ ਸਾਫ ਤੇ ਤੇਰੀ ਗੱਲ ਸਾਫ ਹੈ ਕੁੜੀ ਨਰਮ ਆ ਉਦਾਂ ਜਿਹੜਾ ਜਿਹੜਾ ਤੇਰਾ ਮੰਮਾ ਨਾ ਮੰਮਾ ਤੇਰਾ ਤੇਰਾ ਮੰਮਾ ਵੇਖ ਸੱਚੀ ਮੈਂ ਫੋਟੋ ਤੇ ਭੈਣ ਚੋਦੇ ਹੱਥ ਗਾੜੀ ਕਰ ਲਏ ਮੰਮੇ ਦੇ ਮੈਂ ਮੰਮਾ ਜੇ ਤੂੰ ਤੇਰਾ ਮੰਮਾ ਰੱਖਿਆ ਹੁੰਦਾ ਤੇ ਮੈਨੂੰ ਲੋੜ ਹੀ ਨਹੀਂ ਤੇਰੇ ਨਾਲ ਗੱਲ ਕਰਨੀ ਮੰਮਾ ਵੇਖ ਵੇ ਟਾਈਮ ਪਾਸ ਕਰ ਲੈਣਾ ਹੈ ਚੰਗਾ ਬਾਈ ਮੈਂ ਤਿਆਰ ਹਾਂ ਚਲੋ ਭੈਣ ਚੋਦੀ ਤਿਆਰ ਹੁੰਦੀ ਹੋ ਹੀ ਜਾਣਾ ਤਿਆਰ ਪਹਿਲਾਂ ਮੈਨੂੰ ਦੱਸ ਕਿੱਦਣ ਦੇਣੀ ਹੁਣ ਜਦੋਂ ਯਾਰ ਮੈਨੂੰ ਮੈਂਸ ਲੈਣਗੇ ਉਸ ਤੋਂ ਬਾਅਦ ਕਿੱਦਣ ਹੋਣਾ ਉਹ ਹੁਣ बाबा चेर हो गया कोई खुशी वाली खबर नहीं मिली की नहीं मिली खुशी वाली खबर केड़ी खुशी वाली अच्छा खुशी वाली खबर होनी दस तू जवाब देना इन वध खुशी केड़ी चाहिए है ਗੁਲਗੁਲੇ
ਮੈਂ ਵੇਖੀ ਤਾਂ ਕੋਈ ਜੰਮਦਾ ਹੀ ਅਮਲੀ ਉਹ ਜੰਮਦਾ ਹੀ ਅਮਲੀ ਚਿੱਤਰ ਵੇਖੀ ਕਿਦੋਂ ਗਵਾਏ ਸੀ ਦਾਤਾ ਇਹ ਦੁਸ਼ਤਰ ਵੜੀ ਨਾ ਕੁੜੀ ਹੈ ਵਿਕਰਾ ਕੋਰੀ ਕੱਢ ਕੇ ਲੈ ਕੇ ਆਉਣੀ ਹੈ ਦਿਖੇ ਮੈਨੂੰ ਪੂਰੀ ਪੂਰੀ ਸਿੰਦਰੀ ਫੋਟੋਆਂ ਖਿੱਚ ਕੇ ਰੱਖਣੀਆਂ ਉਹਦੀਆਂ ਕਿਵੀਆਂ ਤੇਰੀ ਉਹਦੀਆਂ ਉਹਦੀ ਕੀ ਕਹਿੰਦੇ ਨਾਂ ਕੀ ਹੁੰਦਾ ਅੱਜ ਐਫ ਤੇ ਕੀ ਕੁਛ ਨਹੀਂ ਮੇਰੀ ਗੱਲ ਸੁਣ ਉਹਦੀਆਂ ਫੋਟੋਆਂ ਖਿੱਚ ਕੇ ਹਾਰ ਪਾ ਕੇ ਪੂਜਾ ਕਰਿਆ ਕਰਨੀ ਰੋਜ਼ ਉਹਦੀ ਤੂੰ ਨਾ ਮੇਰੀ ਜੁੱਤੀਆਂ ਪਾ ਲੈਣੀ ਹੁਣ ਯਾਰ ਸਾਰੀ ਜੁੱਤੀਆਂ ਦੀ ਦੱਸ ਉਹਦੇ ਸਿਰ ਤੇ ਆਪਾਂ ਉੱਡਦੇ ਫਿਰਦੇ ਆ ਮਿਲਦੇ ਆ ਤੇ ਚੱਲ ਸਾੜੀ ਨਾ ਮੇਰੀ ਗੱਲ ਤਾਂ ਸੁਣ ਮੈਂ ਗੱਲ ਕਰਦਾ ਜੇ ਮਾਤਾ ਤੂੰ ਵੀ ਮੁੰਡਾ ਹੁੰਦੀ ਤੈਨੂੰ ਵੀ ਸੰਦ ਲੱਗਾ ਤੂੰ ਵੀ ਲੱਭਦੇ ਫਿਰਨਾ ਕਿਸੇ ਨੂੰ ਵੀ ਜਦ ਖੁਦ ਹੀ ਮਾਰਾਂਗੇ ਜਾ ਕੇ ਹੁਣ ਤੈਨੂੰ ਉਹ ਲੱਗੀ ਆ ਮੈਨੂੰ ਆਹ ਲੱਗੀ ਆ ਤੈਨੂੰ ਆਹ ਚਾਹੀਦਾ ਮੈਨੂੰ ਹਾਂ ਚਾਹੀਦੀ ਆ ਤੇ ਹੁਣ ਆਪਾਂ ਦੋਨਾਂ ਸਰਦਾ ਜਾਂਦਾ ਪਰ ਮਾਤਾ ਮੈਨੂੰ ਨੀ ਅਜੇ ਚਾਹੀਦਾ ਕੁਛ ਤੈਨੂੰ ਚਾਹੀਦਾ ਜੋ ਚਾਹੀਦਾ ਠੀਕ ਆ ਤੈਨੂੰ ਨਹੀਂ ਚਾਹੀਦਾ ਮੈਂ ਅਜੇ ਸਟੱਡੀ ਕਰਨੀ ਆ ਥੋੜੀ ਦੇਰ ਉਹ ਸਟੱਡੀ ਸਟੂਡੀ ਦੀ ਖੱਲੀ ਵਾਲੀ ਕਰ ਸਟੱਡੀ ਪਤਾ ਇਹ ਕੀ ਹੁੰਦਾ ਵਾ ਤੈਨੂੰ ਦੱਸਿਆ ਹੀ ਨਹੀਂ ਕਿਸੇ ਨੇ ਇਹ ਗੋਰੇ ਕੱਦ ਜ਼ਿਆਦਾ ਪੜ੍ਹਦੇ ਆ ਦਿਮਾਗ ਫਰੈਸ਼ ਰਹਿੰਦਾ ਕੁਝ ਨਸੀਬ ਹੋਵੇ ਇਸ ਕਰਕੇ ਸ਼ਰੇਆਮ ਕਿਸ ਕਰਦੇ ਉਹਨਾਂ ਨੂੰ ਲਗਾਤਾਰ ਨਸੀਬ ਹੋਵੇ ਉਹਨਾਂ ਨੂੰ ਜਦੋਂ ਚੋਰੀ ਨਹੀਂ ਕਰ ਸਕਦੇ ਉਹ ਸਾਹਮਣੇ ਕਿਉਂਕਿ ਦੇਰ ਬਾਅਦ ਮਿਲਦੇ ਉੱਥੇ ਜਿੱਥੇ ਮਰਜ਼ੀ ਜਾ ਕੇ ਲੱਤਾਂ ਚੁੱਕ ਕੇ ਕਹਿੰਦੀ ਆ ਪਾ ਦੇ ਕੰਮ ਕਰ ਨੂੰ ਜਾ ਰਾਤ ਨੂੰ ਮੋਟਰ ਤੇ ਸਾਦੇ ਫਿਰਦੇ ਗਰੀਬ ਦੱਸ ਮੈਂ ਜੋ ਕਿੱਡੀ ਦੂਰ ਆ ਕੇ ਮੈਂ ਤੈਨੂੰ ਲੈ ਕੇ ਗਿਆ ਹੈ ਕਿੱਡੀ ਦੂਰ ਉਹ ਜੇ ਆਪਾਂ ਕਿਤੇ ਬਾਹਰਲੀ ਕੰਟਰੀ ਜੰਮੇ ਹੁੰਦੇ ਸਿੱਧਾ ਮੈਂ ਤੇਰੇ ਘਰ ਹੋਣਾ ਸੀ ਤੇਰੇ ਬਾਪੂ ਦਾ ਵੀ ਕੋਈ ਡਰ ਨਹੀਂ ਹੋਣਾ ਹੈ 13 ਸਾਲ ਤੋਂ ਬਾਅਦ ਪੁਲਿਸ ਨੂੰ ਨਾ ਫੜਾ ਦਿੰਦੇ ਬਾਪੂ ਤੇਰਾ ਆਪਣਾ ਬੋਹ ਵੀ ਖੜਕਾਉਂਦਾ ਤੇ ਹੈ ਤੇ ਉਹ ਨਜ਼ਾਰੇ ਨਾਲ ਮੈਂ ਤੇਰਾ ਕਰਨਾ ਜੇ ਗਾਰਡਮੈਂਟ ਲਾਉਣਾ ਠੰਡ ਹੈਗੀ ਉੱਥੇ ਨਜ਼ਾਰੇ ਹੋਣੇ ਇੱਥੇ ਭੈਣ ਦੀ ਨਾ ਗਰਮੀ ਚ ਮਰ ਗਏ ਆ ਕਦੀ ਔਲੂ ਚ ਵੜਦੇ ਆ ਕਦੀ ਕਿਤੇ ਵੜਦੇ ਆ ਦੱਸ ਚੰਗਾ ਬਾਏ ਚੱਲ ਸਾਲੀ ਬਾਈ ਦੀ ਮੇਰੀ ਗੱਲ ਤਾਂ ਸੁਣ ਹਾਂ।